भारत सरकार ने चीन दे 59 ऐप बंद कर दिते। उस दे नाल ही भारत विच चीनी व्यापार भी घटदा नजर आ रहा है। जिवें ही रखड़ी दा त्योहार नजदीक आ रहा है, रखड़ी दे त्योहार ते भी इस दा असर दिखाई दे रहा है। पहला जिथे हर त्योहार ते चीनी समान भारतीय बाजार विच तड़ा तड़ विकता सी, इस रखड़ी चीनी रखड़ियां नूं मात पा रही है भारतीय रखड़ियां। इस रक्षाबंधन भारतीय रखड़ी मार्केट आनी शुरू हो चुकी है। इस रखड़ी की खास गल यह है कि इस च काफी वैरायटी देखने नूं मिल रही है। भारतीय रखड़ियां नूं वेचण वाले ते इस नूं खरीदण वाले चीनी समान का बायकॉट करन ते माण महसूस कर रहे ने। ਜਿਵੇਂ ਕਿ ਗੌਰਮੈਂਟ ਨੇ ਚਾਈਨੀਜ਼ ਪ੍ਰੋਡਕਟ ਜਿਹੜੇ ਬੰਦ ਕਰਤੇ ਆ, ਉਹਦੇ ਨਾਲ ਨਾਲ ਚਾਈਨੀਜ਼ ਰੱਖੜੀਆਂ ਵੀ ਆ ਜਿਹੜੀਆਂ ਬੰਦ ਹੋ ਗਈਆਂ ਨੇ, ਅਤੇ ਉਹਨੂੰ ਦੇਖਦੇ ਅਸੀਂ ਇੰਡੀਅਨ ਰੱਖੜੀਆਂ ਥੋੜੀਆਂ ਕੱਢੀਆਂ ਨੇ ਜਿਹੜੀਆਂ ਕਿ ਕਸਟਮਾਈਜ਼ ਦੇ ਵਿੱਚ ਨੇ। ਲੋਕ ਆਪਣੀ ਫੋਟੋ ਵੀ ਲਗਵਾ ਸਕਦੇ ਨੇ, ਆਪਣੇ ਨਾਮ ਦੇ ਵੀ ਬਣਵਾ ਸਕਦੇ ਨੇ। ਬੱਚਿਆਂ ਦੇ ਲਈ ਉਹਨਾਂ ਫੇਵਰੇਟ ਕਾਰਟੂਨ ਕਰੈਕਟਰਸ ਹੋ ਗਏ, ਸਿਆਣੇ ਵੀਰਾਂ ਲਈ ਮੈਟਲ ਦੀਆਂ ਰੱਖੜੀਆਂ ਹੋ ਗਈਆਂ, ਇੱਕਿਓਂਕਾਰ ਵਾਲੀ, ਓਮ ਵਾਲੀ, ਗਣਪਤੀ ਵਾਲੀ, ਇੱਦਾਂ ਕਾਫੀ ਹੋਰ ਡਿਜ਼ਾਇਨਸ ਵੀ ਹੈਗੇ ਆ। ਪ੍ਰਾਈਜ਼ ਇਹਦਾ ਬਹੁਤ ਰੀਜ਼ਨੇਬਲ ਹੈ ਜੀ, ਮਤਲਬ 50 ਰੁਪਏ ਤੋਂ ਉਹਦੀ ਸਟਾਰਟਿੰਗ ਹੈ, ਅਤੇ ਮਹਿੰਗੀ ਤੋਂ ਮਹਿੰਗੀ ਵੀ 200 ਰੁਪਏ ਤੱਕ ਹੈ ਜੀ। ਮੈਂ ਇਹਨਾਂ ਦਾ ਪੇਜ ਦੇਖਿਆ ਸੀ ਇੰਸਟਾਗ੍ਰਾਮ 'ਤੇ, ਉੱਤੇ ਸਟੋਰੀਜ਼ ਵਗੈਰਾ ਪਾਈਆਂ ਸੀ, ਬੁੱਕ ਕਾਫੀ ਵਧੀਆ ਲੱਗੀਆਂ। ਹੋਰ ਵੀ ਆਈਟਮਸ ਨੇ ਪਰ ਇਸ ਟਾਈਮ ਰੱਖੜੀ ਦਾ ਸੀਜ਼ਨ ਹੈ ਸੋ ਰੱਖੜੀ ਲੈਣ ਆਏ ਆ। ਮੇਰੇ ਬ੍ਰਦਰ ਡਿਮਾਂਡ ਸੀ ਸਟੋਨ ਵਾਲੀ ਰੱਖੜੀ ਜਿੱਥੇ ਫੋਟੋ ਲੱਗੀ ਹੋਵੇ, ਅਤੇ ਮੈਂ ਉਹ ਲੈਣ ਆਈ ਹਾਂ ਉਹਦੇ ਲਈ। ਹੋਰ ਖਬਰਾਂ ਲਈ ਜੁੜੇ ਰਹੋ ਦ ਫੈਕਟ ਨਿਊਜ਼ ਦੇ ਨਾਲ।